ਓ ਨੂਰੋ ਵੇ ਇਤਨੀ ਹਾਲ ਯਾਲ ਨਾ ਗੱਤੀ ਕਰ, ਮੇਰੇ ਦਿਲ ਨੂੰ ਘਬਰਾ ਆਉਂਦੀ ਯਾਰ, ਮੈਂ ਨਹੀਂ ਪਤਾ ਨਹੀਂ ਕੀ ਹੋ ਗਈ ਅਸਾਂ ਦੇ ਲੱਤਾਂ ਲਾ ਜਾ। ਓ ਤੇਰੇ ਦਿਲ ਨੂੰ ਅੰਦਰ ਘਬਰਾ ਆਉਂਦੀਆਂ ਪਈਆਂ, ਮੈਂ ਬਾਹਰਾਂ ਪਤਾ ਨਹੀਂ ਅੰਦਰ ਕਿਹਦੀ ਘਬਰ ਮਿਟੈਂਦੀ ਪਈ ਹੈ ਫੋਨ ਤੇ। ਓਏ ਅੱਲਾ ਮੇਰਿਆ, ਤੌਬਾ ਅਸਤਗਫਾਰ, ਮੈਂ ਕਈ ਦਾ ਮਾਤਾ ਦਾ ਕਿ ਮੇਰਾ ਲੜਦੀ ਏ। ਓਏ ਤੇਰੇ ਮੁਲੇਰ ਦਾ ਨੰਬਰ ਮੈਨੂੰ ਬਹੁਤ ਤੇਰੇ ਮੋਬਾਈਲ ਇਹ ਦਿਸਦਾ ਪਿਆ ਨੂਰੋ। ਮੁਲੇਰ ਦਾ? ਹਾਂ ਮੈਂ ਤਰੋਟ ਪਰੇ ਕਿਹੜਾ ਮੁਲੇਰ। ਓਏ ਨੂਰੋ ਮੇਰੇ ਆਖਰੀ ਕਿਆਰਿਆਂ ਨੂੰ ਪਾਣੀ ਆਈ, ਤੈਨੂੰ ਪਤਾ ਲੱਗ ਜਾ ਸੀ। ਓ ਜਿਸ ਦੜੇ ਅੱਖੀ ਨੂੰ ਉੱਠ ਗਈ ਤੇ ਤੈਨੂੰ ਲੋਕਾਂ ਸੱਦਿਆ ਰੰਡੇ, ਓ ਲਗਦੀ ਨੂੰ ਅਕਸੈਂ ਰੰਡੇ ਨੇ, ਓ ਸਾਡੇ ਬਾਰੇ ਸੋਚ ਲਾ। ਓਦੋ ਤੈਨੂੰ ਤੱਲੂ ਦੀਆਂ ਕਦਰਾਂ ਦਾ ਪਤਾ ਲੱਗ ਸੀ। ਉਜਾੜ ਚ ਖਲੀ ਬੇਰ ਨੂੰ ਕੋਈ ਮਰਿੰਦਾ ਹੀ ਵੱਟੇ। ਅੱਛਾ ਇਹ ਦੱਸੋ, ਓਏ ਅਮਨ ਸ਼ੇਰ ਤੇ ਸਲਮੋ ਨੂੰ ਚ ਦੱਸਿਆ? ਉਹਨਾਂ ਨੂੰ ਕੀ ਆਖਾਂ? ਓਏ ਸਲਮੋ ਨੂੰ ਆਖਿਆ, ਵੀਰਾ ਤੇਰੇ ਦੀ ਹਾਲਤ ਕਾਇ ਨੂੰ ਗਾਰਨ ਚਮੜੀ ਰਸੇ। ਓਏ ਤੇਰੀ ਹੈ ਨਾ ਬੜੀ ਧੋਤੀ ਹੋਈ ਏ। ਓਏ ਅਕਸੈਂ ਗਾਰਨ ਚਮੜੀ ਰਸੇ। ਓਏ ਜਦੋਂ ਮੋਇਆ ਪਿਆ ਹੋਸਿਆ ਤੇ ਮੂੰਹ ਵੇਖ ਕੇ ਪਿਟੇ ਸੇਂਦੋ ਅੱਥੇ। ਓਏ ਉਹ ਨਾਲ ਫੋਨ ਕਰੋ। ਓਏ ਫੋਨ ਕਰਕੇ ਆਖ ਅਮਨ ਸ਼ੇਰ ਨੂੰ ਆਖ, ਸਾਰੀ ਉਮਰ ਇਹ ਮਿਲ ਚ ਤੋਂ ਕੋਈ ਨੀ ਨਿਕਲਣਾ। ਉਹ ਬਿਲਾਦਰੀ ਦਾ ਦੁੱਖ ਸੁੱਖ ਕੀ ਕੀਤਾ ਈ? ਆ ਡਾਵਰ ਚੜਿਆ ਵਾ ਦਾ, ਦੂਈ ਵਾਰੀ ਇਹ ਡਾਵਰ ਮਰੇ ਹੋਈ ਤੇ ਸ਼ੱਕ ਨਹੀਂ ਮੇਰੀ ਗਾਲ ਰੱਤੀ ਲਾ ਲੋ ਜਾ ਸੀ। ਆ ਵੇਖ ਵੇ ਆ, ਓਏ ਇਤਨਾ ਡਾਵਰ ਨੂੰ ਡਾਢਿਆ ਨਹੀਂ ਮਰੀ ਨਾ ਤੇ ਪਿਆਰ ਨਾਲ। ਆ ਸਿਆਣੇ ਸੱਚ ਆਂਦੇ ਨਾ, ਉਹ ਆਂਦੇ ਜਾਈ ਤੇ ਡਾਵਰ ਜ਼ਿਆਦੇ ਚੜਨ ਨਾ, ਓਏ ਉਹਦਾ ਦੀ ਮੌਤ ਕਰੀਬ ਆਉਂਦੀ। ਓਏ ਮੇਰੇ ਤਾਂ ਮੌਤ ਨਾਲੋਂ ਤੂੰ ਢੇਰ ਕਰੀਬ ਹੋਈ ਬੈਠੀ। ਮੈਨੂੰ ਤਾਂ ਸ਼ੱਕ ਕੇ ਮੌਤ ਤਾਂ ਪਤਾ ਨਹੀਂ ਕਿਸ ਲਈ ਹੋਇਆ ਨਹੀਂ ਤੇ ਆਕੜਿਆ ਪਿਆ। ਤੂੰ ਮੇਰੇ ਸਾਹ ਸੁਰਕੇ ਸੀ ਮੈਂ, ਡਾਕਟਰ ਆਇਆ ਦਵਾਈ ਜੀ ਦਿੱਤੀ ਅਸੂੰ। ਓ ਮੈਨੂੰ ਦਸ ਪੈਸੇ ਕਿਤਨੇ ਲੈ ਗਿਆ ਯਾਰ? ਹੇਖੇ ਵੀ 1200 ਲੈ ਗਿਆ ਈ, ਹੇਖੇ ਵੀ ਉਹ 1000 ਲੈ ਗਈ ਈ। ਅੱਛਾ ਹਾਂ, ਏਡੀ ਮਹਿੰਗੀ ਦਵਾਈ ਨਾਲ ਫਾਇਦਾ ਕੋਈ ਨਹੀਂ ਹੁੰਦਾ ਪਿਆ, ਪਤਾ ਨਹੀਂ ਕੀ ਰੋਲਾ। ਮੈਨੂੰ ਤਾਂ ਇੱਕ ਹੋਰ ਲੱਗਦਾ ਈ, ਇਹ ਜਿਹੜਾ ਡਾਕਟਰ ਆਈ ਨਾ ਧੋਤਾ ਹੋਇਆ, ਇਹ ਨਾ ਪੈਸਿਆਂ ਦੇ ਵਿੱਚੋਂ ਬੇਈਮਾਨੀ ਕਰੇਂਦਾ ਈ। ਓਏ ਕੀ ਪਤਾ ਲੱਗੇ ਕਿਸੇ ਦੇ ਨੀਆਂ ਦਾ। ਅੱਛਾ ਛੱਡ ਇਹਨਾਂ ਗੱਲਾਂ ਨੂੰ, ਇਹ ਕਰ ਸਲਮਨ ਫੋਨ, ਉਹਨੂੰ ਆਖ ਬਿਰਾ ਪਿਆ ਦੇ ਇੱਕ ਵਾਰੀ ਮਿਲ ਜਾ। ਅੱਛਾ ਚਲੋ ਮੈਂ ਉਹਨੂੰ ਫੋਨ ਕਰਿਆ ਨਹੀਂ ਤੇ ਹੁਣ ਜਿਆ ਦੀ ਹਾਲ ਧਾਰ ਨਾ ਗੱਤੀ। ਮੈਂ ਨਹੀਂ ਗੱਤੇਂ ਤਾਂ ਗੱਲ ਸੁਣ। ਹਾਂ ਗਿਜ਼ਾ ਅੰਦਰ ਜਾਂਦਾ ਕੋਈ ਨਾ ਕੋਈ। ਅੱਛਾ ਦੋ ਬੋਝੀਆਂ ਸੇਵੀਆਂ ਦੀਆਂ ਬਣਾ ਛੱਡ, ਤੇ ਪਾਈਆ ਜਿਹੜਾ ਹੈ ਨਾ ਉਹ ਸਾਬੂਦਾਣੇ ਦਾ ਬਣਾ ਛੱਡ। ਅੱਛਾ ਤੇ ਕਿਲੋ ਸੇਬ ਮੰਗਾ ਲਾ ਤੇ ਦਰਜਨ ਕੇਲਿਆਂ ਦਾ ਜੇ ਮੇਰੇ ਅੰਦਰ ਚਕਾਸ਼ਾ ਲੱਗੀ ਜਾਵੇ। ਸ਼ਾਬਾਸ਼ ਸ਼ਾਬਾਸ਼, ਇਹ ਬਿਲਕੁਲ ਇੱਕ ਅੰਦਰ ਜਾਮਣੀ ਕੋਈ ਨਹੀਂ, ਮੰਗਵਾ ਲੈ ਨਹੀਂ ਮੈਂ ਤੇਰੇ ਸਾਹਮਣੇ ਰੱਖ ਛੁੜੇ ਸਾਂ। ਹਾਂ ਠੀਕ ਹੈ, ਮੈਂ ਸਮਝਣਾ ਆਏ ਮੇਰੇ ਵਿਆਹ ਦੇ ਤਾਂ ਟੈਨਸ਼ਨ ਹੀ ਕਾਹ ਨਹੀਂ। ਹਾਂ ਕੀ ਹੋਇਆ ਏ? ਹੋਣਾ ਕੀ ਗੱਲ ਤੇ ਕੀ ਹੋਇਆ ਏ? ਫੋਨ ਆਇਆ ਨੂਰੋ ਭਰਜਾਈ ਦਾ। ਕੀ ਬਣਿਆ? ਬਿਰਾ ਮੇਰਾ ਬਿਮਾਰ ਹੈ ਤੱਲੂ। ਅੱਲਾ ਖੈਰ ਕਰੇ, ਤੇਰੇ ਬਿਰਾ ਨੂੰ ਤਾਂ ਕੋ ਪਤਾ ਨਹੀਂ। ਚੱਲ ਚਲੀਏ। ਕਿਦੇ ਚਲੀਏ? ਮੇਰੇ ਬਿਰਾ ਦੇ ਰ ਅਜੇ ਸਿਰ ਫੋਨ ਆਉਣਾ ਹੈ, ਉਹ ਸਿਰ ਤੋਂ ਆਖਣਾ ਚਲੀਏ। ਪਤਾ ਹੀ ਕਿੰਨਾ ਕਿਰਾਇਆ ਲੱਗਦਾ? ਕਿੰਨਾ? 1000 ਰੁਪਏ ਤਾਂ ਸਿਰਫ ਲੱਗਦਾ। 1000 ਜਾਵਣ ਦਾ, 1000 ਆਵਣ ਦਾ, ਤੇ ਮੋੜ ਅਗਾ 70 ਰੁਪਈਆ ਹੋਗਾ ਤੁਹਾਡੇ ਬਈਆ ਜੀ ਦੇ ਘਰ ਤੋਂ ਹੀ ਲੱਗਦਾ। ਕਿੰਨੇ ਹੋ ਗਏ? ਫੋਨ ਟਿਕਟ ਤੇਰਾ ਕੋਈ ਭੈਣਾ ਬਿਰਾ ਮਰਦਾ ਪਿਆ ਹੋਵੇ ਆ ਨਾ, ਤੇ ਵੇਖਾਂ ਮੈਂ ਵੀ ਤੂੰ ਰੁਕਣਾ ਕਿ ਨਹੀਂ ਰੁਕਦਾ। ਓ ਯਾਰ ਮੈਂ ਮੇਲੇ ਕੰਮ ਕਰਦਾ, ਮੈਂ ਇਹ ਤਾਂ ਨਹੀਂ ਵੀ ਮੈਂ ਕੋ ਪਿਓ ਦੇ ਦਫ਼ਤਰ ਕੰਮ ਕਰਦਾ। ਨਾ ਮੇਰੀ ਤਲੀ ਦੇ ਕੋਈ ਰੁਪਈਆ ਫਦਾ ਛੜ, ਮੈਂ ਆਪ ਲੱਗੀ ਜਾਵਾਂ। ਤੇ ਤਾਂ ਭਗਵਾਨ ਦੀ ਆਦਤ ਪਾ ਗਈ, ਬਿਰਾ ਤੇਰੇ ਦੇ ਸਿਰ ਨੂੰ ਪੀੜ ਹੋਵੇ ਤੂੰ ਤਾਂ ਹੀ ਬੰਨੀ ਹੋਈ ਹੁੰਦੀ ਹੈ। ਤੇ ਤੇਰੀ ਮਾਂ ਸਿਰ ਨੂੰ ਪੀੜ ਹੋਵੇ ਤੂੰ ਕੋਈ ਬਣਾ ਆਉਂਦਾ? ਤੂੰ ਕੋਈ ਨਹੀਂ ਬੰਨਾ ਹੋਇਆ ਮੈਂ ਬਿਰਾ ਬਿਰਾ ਮਤੀ ਕਰਦਾ ਗਿਆ ਕਰ, ਉਹ ਤੈਨੂੰ ਬਿਰਾ ਸਮਝੇ ਤੇ ਤੂੰ ਨਾ ਦੁਸ਼ਮਣ ਬਣਾ। ਕੋਈ ਉਹਦੇ ਚੱਕਰ ਤਾਂ ਨੂੰ ਬਣਾਇਆ ਹੋਇਆ ਜਿਹੜਾ ਹਰ ਰੋਜ਼ ਬੰਨੀ ਹੋਈ ਹੁੰਦੀ, ਬਿਰਾ ਤੇ ਰਾਇੰਜ ਹੋ ਗਿਆ ਤੇ ਬਿਰਾ ਤੇ ਰਾਇੰਜ ਹੋ ਗਿਆ। ਅੱਲਾ ਉਹ ਤੂੰ ਮੈਨੂੰ ਸਾਂਭ ਲਈ ਸੇ ਹੈ? ਬਸ ਸੋਹਣੀ ਬੜੀ ਹੈ ਜਿਹੜਾ ਮਿੱਥੇ ਕੋਈ ਮਰਸੀ। ਸੋਹਣੀ ਤਾਂ ਤੂੰ ਹੈ, ਤੇਰਾ ਜ਼ਹਿਨ ਗੰਦਾ ਹੈ ਬਸ। ਹੋਰ ਸੋਹਣੀ ਪਤਾ ਹੀ ਮੇਰੇ ਦਿਲ ਤੂੰ ਪੁੱਛ ਕਿੱਡੀ ਸੋਹਣੀ ਹੈ ਤੂੰ।
ਜੋਈ ਚਾਵਲਾ ਲੱਗਦੀ ਹੈ ਜੋਈ ਚਾਵਲਾ ਸਿਰਫ ਕੱਦ ਦਾ 2 1 ਫੁੱਟ ਦਾ ਫਰਕ ਹੈ ਮੇਰਾ ਕੱਦ ਕੋਈ ਢੇਰ ਛੋਟਾ ਮੈਂ ਨਿੱਕੀ ਆ ਅਕਾਈ ਨੂੰ ਨਿੱਕੀ ਦਿਸਦੀ ਪਈ ਹੈ ਵੱਡੀ ਸਾਰੀਆਂ ਇੱਥੇ ਤਾਂ ਖਲੋਤੀ ਹੋਈ ਆ ਇਹ ਕਾਈ ਤੇ ਫੁੱਕਾ ਤਾਂ ਨਾ ਮੇਰੇ ਸਾਥ ਕਿੰਨਾ ਰੱਫਾ ਉਹ ਨਹੀਂ ਵਗਦੀਆਂ ਮੇਰੀਆਂ ਕੀ ਹੋ ਗਏ ਉਹ ਸਭ ਕੋਈ ਨਹੀਂ ਪਤਾ ਵਾਹ ਜੇ ਤਾਂ ਮੈਂ ਬੁੱਢਾ ਸੀ ਤਾਂ ਦੰਦ ਦੱਸ ਨਾ ਉਸ ਤਾਂ ਮੈਂ ਕੀ ਕਰੇ ਸਾਂ ਤੇ ਤਾਂ ਦੰਦਾਂ ਨਾਲ ਕੀ ਕਰਨਾ ਹੈ ਮੋੜ ਵਿੱਚ ਥੁੱਕਾ ਸਟੇ ਸੇ ਜੇ ਤਾਂ ਬੋਲਣਾ ਤੋਂ ਨਹੀਂ ਉਹ ਸਭ 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 ਪਾਈ ਕਰੇ ਸਾਂ ਯਾਰ ਕਿਰਾਇਆ ਦਿੰਦਾ ਤੇ ਆਪ ਦਾ ਫੌਜ ਆਈ ਤੇ ਯਾ ਮੈਂ ਸਾਹਬ ਕੋਲ ਪੁੱਛਦਾ ਜੇ ਛੁੱਟੀ ਨਹੀਂ ਕਰਦਾ ਅੱਲਾ ਇਸ ਤੋਂ ਮਤਲਬ ਤੂੰ ਮੈਨੂੰ ਕਲਿਆ ਗਲਣਾ ਚਾਹਨਾ ਤਾਂ ਕਿ ਤੂੰ ਪਿੱਛਾ ਨੈਣ ਮਟਕ ਕੇ ਕਰੇ ਹਾਂ ਉਹ ਗਵਾ ਡੜੰਦੀ ਏ ਮੇਰੇ ਕੋ ਰਾਤ ਜੇ ਤੂੰ ਨਾ ਆਵੇ ਉਹ ਹੁੰਦੀ ਏ ਮੁੱਠੀਆਂ ਹੀ ਬਰੇਂਦੀ ਏ ਓਏ ਆ ਮੈਂ ਬੈਠੀ ਹਾਂ ਤਾਂ ਮੈਂ ਨਹੀਂ ਹੋਈ ਦੀ ਮੇਰਾ ਨਾ ਮਾਰ ਜਾ ਆਹ ਗੱਲ ਆਈ ਨਾ ਉਹ ਗਵਾ ਡੜ ਨੂੰ ਜਦੋਂ ਹੀ ਪਤਾ ਲੱਗਦਾ ਤੂੰ ਬੂਹੇ ਚ ਬਾਹਰ ਨਿਕਲਦੀ ਏ ਉਹ ਕੁੱਤੀ ਵਲੈਤ ਦੀ ਜੜੇ ਪਿੱਛੋਂ ਆ ਜਾਂਦੀ ਏ ਤੂੰ ਉਸ ਦਿਨ ਨਾ ਕਾਲ ਕਰਕੇ ਵੀ ਰਣ ਮੇਰੀ ਵਾਕੀ ਏ ਜੀ ਤੂੰ ਆ ਜਾ ਉਹ ਮੈਂ ਕਾਲ ਕਿਦੂ ਕਰਨੀ ਉਹ ਖੁਦ ਹੀ ਵੇਖ ਲੈਂਦੀ ਹੈ ਤੇਰੀਆਂ ਤਿਆਰੀਆਂ ਮਿਆਰੀਆਂ ਜਦੋਂ ਪੇਕਿਆਂ ਦੀ ਹੁੰਦੀਆਂ ਨਾ ਉਹ ਖੁਦ ਵੇਖ ਲੈਂਦੀ ਹੈ ਤੇ ਆ ਜਾਂਦੀ ਹੈ ਜੇ ਤਮ ਬੂਹੇ ਕੋਲ ਆਵੇ ਨਾ ਉਹਨੂੰ ਆਖ ਛੜਾ ਕਰ ਮੇਰੀ ਜ਼ਮਾਨੀ ਕੋਈ ਨਹੀਂ ਵਧੀ ਮੈਂ ਇਹ ਕੁੱਤਾ ਰੱਖ ਲੈ ਕੁੱਤਾ ਉਹ ਘਰ ਦੇ ਵਿੱਚ ਛੁੜਾ ਵਦੋ ਹੋਇਆ ਉਹ ਯਾ ਵੜੇ ਉਹ ਵੋ ਕਰਕੇ ਤੂੰ ਕੀ ਛੜਾ ਛੱਡੇ ਬਸ ਜਦੋਂ ਤੂੰ ਵਧੀ ਹੋਵੇਂ ਉਦੋਂ ਲੋੜ ਤਾਂ ਕਾਹੀ ਹੁੰਦੀ ਪਰ ਜਦੋਂ ਤੂੰ ਨਾ ਹੋਵੇਂ ਨਾ ਉਹ ਤੇਰੇ ਹੀ ਸਦਾ ਕੰਮ ਕੀਤਾ ਕਰੇ ਮੈਂ ਹੁਣ ਕੁੱਤੀ ਹੋ ਗਈ ਹਾਂ ਜਦੋਂ ਲਵਣ ਲੱਗਿਆ ਉਸ ਟਾਈਮ ਤੈਨੂੰ ਮੇਰੀ ਜ਼ਬਾਨ ਕਾਹ ਨਹੀਂ ਨਜ਼ਰ ਆਈ ਹਾਂ ਇਹੋ ਤੇਰੇ ਆਖਣ ਦਾ ਮਤਲਬ ਹੈ ਨਾ ਹਰ ਟਾਈਮ ਭੁੱਖਦੀ ਰਹਿਣੀ ਆ ਘੋੜਾ ਤੇਰੀ ਸ਼ਾਦੀ ਹੋਈ ਤੇ 3 ਮਹੀਨੇ ਬਾਅਦ ਤੇਰੀ ਸਾਈ ਨਾਲ ਲੜਾਈ ਪਈ ਤੂੰ ਮੁੜ ਬੂਹੇ ਤੇ ਆਗ ਬਹਿ ਗਈ ਕਿਸੇ ਸ਼ਾਇਦ ਦੀ ਟੈਨਸ਼ਨ ਨਹੀਂ ਹੁੰਦੀ ਬੰਦੇ ਪਿੱਛੇ ਮੁੰਡਾ ਹੀ ਹਾਲ ਬਣੇ ਰਹਿੰਦੇ ਨੇ ਉਹ ਟੈਨਸ਼ਨ ਵੀ ਕੋਈ ਨਹੀਂ 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 ਮੈਂ ਰੁੱਸੀ ਹੋਈ ਆ ਮੇਰੀ ਮਾਂ ਦੀ ਵਧੀ ਹੈ ਕਿ ਤੇਰਾ ਮੈਂ ਉਹਦੇ ਉਹਨਾਂ ਨੂੰ ਬੁਲੇਨੀ ਆ ਤੇ ਸੁਲਾ ਕਰੇਨੀ ਆ ਕੋਈ ਪਤਾ ਨਹੀਂ ਇੱਕ ਦੋ ਧਰੋਂਦਿਆਂ ਦੇ ਵਿੱਚ ਆਏਗਾ ਕਿ ਮੇਰੀ ਮਾਂ ਦੀ ਹਾਲਤ ਬੜੀ ਖਰਾਬ ਹੈ ਮੇਰੀ ਮਾਂ ਨੂੰ ਅੱਲਾ ਦੀ ਖੈਰ ਹੈ ਸਿਰ ਮੇਰੇ ਤੇ ਹਾਂ ਜੇ ਕਰੇ ਨਾ ਤੇਰੀ ਮਾਂ ਆਈ ਵਿਰਾਸਤ ਲਈ ਮੇਰਾ ਕੰਮ ਤੇਰਾ ਨਹੀਂ ਪਤਾ ਤੁਸੀਂ ਅੱਲਾ ਇਲਾਜ ਸਹੀ ਨਾ ਮੈਂ ਇਲਾਜ ਕੇ ਵੀ ਠੀਕ ਪੇ ਕਰਦਾ ਤੇ ਮੋੜ ਬਾਅਦ ਦਿਲੋਂ 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 ਚੰਗੇ ਡਾਕਟਰ ਕੋਲ ਲੈ ਜਾਣੀ ਇਹਦੇ ਕੋਲ ਦਵਾਈ ਲੰਮਣੀ ਨਹੀਂ
ਕਿਹੜੇ ਪਾਸੇ ਨਿਕਲ ਗਈ ਆ ਜਾਵੇ ਆ ਨਾ ਸ਼ੁਕਰ ਨੂੰ ਤਾਂ ਬਿਲਕੁਲ ਖਿਆਲ ਹੀ ਕੋਈ ਨਹੀਂ ਘਰ ਦਾ। ਅੱਛਾ ਭਾਬੀ ਇੱਥੇ ਆਵੇ ਨਾ ਭਾਬੀ ਇੱਥੇ ਸਾਹਮਣੇ ਭਾਵੇਂ ਨਾ ਮੇਰੇ ਇੱਥੇ ਠੀਕ ਲੋ ਭਾਬੀ ਹੁਣ ਇੱਥੇ ਕੀ ਕਰੇਂਦੀ ਬੈਠੀ ਅਲੇ ਦਸ ਪਾਲਾ ਕਿਸੇ ਲਈ ਸੁੱਤਾ ਓਸ਼ੋ ਦਾ ਪੇਟ ਪੇਟ ਕੇ ਹਾਲ ਦਵਾਈਆਂ ਕਰ ਕਰ ਤੇ ਮਸੇ ਸੁੱਤਾ ਆਏ ਹੁਣ ਤਾਂ ਮਿੰਟ ਹੀ ਹੋਏ ਉਹਦੀ ਬਹੁ ਜ਼ਿਆਦਾ ਤਬੀਅਤ ਖਰਾਬ ਹੈ ਤੇ ਖੁਦਾ ਦਾ ਨਾ ਮੰਨ ਆਏ ਕੁੱਕੜਾਂ ਵਾਲੇ ਕੰਮ ਛੱਡ ਦੇ ਜਿਹੜੀਆਂ ਲੜਾਈਆਂ ਕੁੱਕੜਾਂ ਦੀਆਂ ਕਰਾਈਂਦਾ ਵਾ ਨਾ ਪਤਾ ਹੈ ਅੱਲਾ ਪਾਕ ਗੁਨਾਹ ਕਰਿੰਦਾ ਹੈ ਗੁਨਾਹ ਕੋਈ ਨਹੀਂ ਵੇਖੇ ਨਾ ਜਾਨਵਰ ਉਹ ਗੁੰਝੀ ਆਉਂਦਾ ਤੁਸੀਂ ਉਹਨੂੰ ਲੜਾ 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 ਕੇ ਉਹਦਾ ਸਤਿਆ ਨਾਸ ਕਰ ਛੁੜਿੰਦੇ ਹੋ ਬਰਜਾਏ ਬਾਜ਼ੀ ਲੱਗਦੀ ਹੈ ਪੈਸੇ ਉੱਤੋਂ ਦੁਨੀਆ ਇਤਨੇ ਲੈਂਦੀ ਹੈ ਨਾ ਤੇ ਤੇਰੇ ਦੇਰ ਦਾ ਤੂੰ ਤਾਂ ਹੀ ਬਾਹਰ ਕਦੇ ਨਿਕਲੇ ਨਾ ਕੁੱਕੜਾਂ 'ਚ ਤੇਰੇ ਦੇਰ ਦਾ ਨਾ ਆਈ ਵੀਰਾ ਮਰ ਗਈ ਹੋਈ ਤਬਤ ਨਾ ਕੀ ਕਰੇ ਸੈਂ ਨਾ ਨੂੰ ਕੀ ਕਰ ਨਹੀਂ ਓਏ ਉਹਦਾ ਖਿਆਲ ਕਰ ਲਾ ਵੀਰਾ ਦਾ ਇਲਾਜ ਕਰਵਾ ਲਾ ਮੈਂ ਹੁਣ ਮੈਂ ਰਨ ਮਨ ਉਹ ਕੀ ਕਰਾ ਡਾਕਟਰ ਆ ਕੇ ਦਵਾਈ ਦੇ ਨਾ ਇਹ ਹੌਲਾ ਡਾਕਟਰ ਹੈ ਇਹ ਕਿਸੇ ਖਾਤੇ ਦਾ ਡਾਕਟਰ ਕੋਈ ਨਹੀਂ ਕਿਦਾਂ ਵੀਰਾ ਨੂੰ ਬਾਹਰ ਕਿਦਾਂ ਲੈ ਕੇ ਜਾ ਕਹਿ ਵੱਡੇ ਸ਼ਹਿਰ 'ਚ ਵੱਡੇ ਡਾਕਟਰ ਕੋਲੋਂ ਲੈ ਕੇ ਜਾ ਵੱਡੇ ਡਾਕਟਰ ਕਿਹੜੇ ਤੇ ਲੈ ਕੇ ਜਾ ਉਹ ਨਾ ਹੀ ਇਹ ਦਵਾਈਆਂ ਦੇਣੀਆਂ ਇਹ ਜਿਹੜਾ ਇੱਥੇ ਵਾਲਾ ਡਾਕਟਰ ਦੇ ਕੇ ਜਾਣਾ ਹਾਂ ਸਮਝਾਵਾਂ ਹਾਂ ਵੀਰਾ ਜਿਹੜੇ ਹੁੰਦੇ ਨਹੀਂ ਨਾ ਉਹ ਬਾਜ਼ ਹੁੰਦੇ ਨੇ ਇਹ ਵੀਰਾ ਤੇਰਾ ਸੱਜਾ ਬਾਜ਼ ਹੋਏ ਮੇਰੇ ਸਿਰ ਤੇ ਬੈਠਾ ਮੈਂ ਘਰ ਵਧੋ ਵਾ ਨਾ ਵਧੋ ਵਾ ਮੈਨੂੰ ਪਤਾ ਹੁੰਦਾ ਬਈ ਜਾਵਣਾ ਤੇ ਪੱਕੀ ਪਈ ਆਉਣੀ ਜਾ ਕੇ ਖਾ ਲੈਣੀ ਗੱਲ ਤਾਂ ਤੈਨੂੰ ਹੈ ਜ਼ਿਆਦਾ ਤੈਨੂੰ ਪਤਾ ਹੈ ਪੱਕ ਜਾਵਣੀ ਤੇ ਮੈਂ ਖਾ ਲੈਣੀ ਬਾਅਦ ਮੈਂ ਨਿਕਲ ਜਾਵਣਾ ਉਹ ਹੁਣ ਮੈਨੂੰ ਨਾ ਆਸਰਾ ਥੋੜ੍ਹੀ ਜਿਹਾ ਦਿੱਤਾ ਕਰ ਅੱਗੇ ਤੇਰੇ ਵੀਰਾ ਦੀ ਆਸ ਹੁੰਦੀ ਆਈ ਨਾਲ ਟੁਰਿਆ ਵਧਾਉਂਦਾ ਹੁਣ ਜਦੋਂ ਦਾ ਮੰਜੀ ਤੇ ਡੱਠਾ ਨਾ ਮੈਂ ਪਰੇਸ਼ਾਨ ਆ ਉਹਦੇ ਕਹਿਣਾ ਮਾਈ ਤੇ ਨਾ ਕੋਈ ਫਲ ਫਰੂਟ ਲਾਇਆ ਉਹਦੇ ਖਾਵਾਂ ਦੀ ਲਾਇਆ ਲਾਇਮ ਨਾ ਬਰਜਾਈ ਲਾਇਮ ਨਾ ਤੇ ਆ ਹੇਕ ਬਾਜ਼ੀ ਹੈ ਸਿਰਫ ਉਹ ਖੇਡਣੀ ਹੈ ਤੇ ਉਸ ਤੋਂ ਬਾਅਦ ਜਿਹੜਾ ਨਾ ਮੈਂ ਜੇ ਸਿਰ ਤਾਈਂ ਬਾਲਾ ਠੀਕ ਨਹੀਂ ਨਾ ਹੋ ਜਾਂਦਾ ਉਸ ਸਿਰ ਤਾਈਂ ਮੈਂ ਇੱਥੋਂ ਹਲਸਾ ਹੀ ਨਾ ਮੋੜ ਠੀਕ ਹੈ ਜਾ ਬਾਲਾ ਕਿਸੇ ਲਈ ਸੁੱਤਾ ਹੁਣ ਉਠਾ ਲੈ ਮੈਂ ਕਿ 10 ਮਿੰਟ ਹੋ ਗਏ ਮੈਂ ਉਠਾ ਲਾ ਮੈਂ ਤਾਂ ਨਹੀਂ ਮੋੜ ਜੜ ਸੁੱਤਾ ਰਿਹਾ ਮੇਰਾ ਦਿਲ ਹੈ ਮੂੰਹ ਵੀ ਖਾ ਚਾ ਵਿਰਾਰ ਹੁਣ ਹੁਣ ਸੁੱਤਾ ਤੇ ਹੁਣ ਉਠਾ ਚੋ ਮੈਂ ਪਹਿਲੇ ਜਾਵਾਂ ਕਾ ਸ਼ਲਾਇਮ ਦਾ ਉਸ ਵਾਸਤੇ ਤੇ ਮੋੜ ਆ ਕੇ ਤਨ ਤੇ ਉਠਾ ਲਈ ਸਾਂ ਚਲੋ ਠੀਕ ਹੈ ਤੇ ਥੈਲੀ ਲਈ ਆਵੀਂ ਸੇਵੀਆਂ ਦੀ ਚਲੋ ਮੈਂ ਸੇਵੀਆਂ ਹੀ ਨਪੀਆਂ ਸੌਰ ਕਾਸ਼ਾ ਬਸ ਸੇਵੀਆਂ ਤੇ ਫਰੂਟ ਲਾਇਆ ਹਾਂ ਬਸ ਚਲੋ ਠੀਕ ਹੈ ਬਰਜਾਏ ਮੈਂ ਲਾਇਮ ਨਾ ਠੀਕ ਅਈਏ ਸ਼ੌਂਕ ਹੀ ਰਹਿ ਜਾਵਣੇ ਨੀ ਵਸੀਮਾ ਤੈਨੂੰ ਸਮਝਾਉਂਦੀ ਖਲੋਤੀਆਂ ਹੌਲੇ ਹੌਲੇ ਕਿ ਵਿਰਾਹ ਦਾ ਖਿਆਲ ਕਰ ਲਾ ਤੇ ਤੈ ਮੋਏ ਨੂੰ ਕੋਈ ਵਿਰਾਹ ਦਾ ਖਿਆਲ ਕੋਈ ਨਹੀਂ ਇੱਕ ਦੇ ਤੈਨੂੰ ਇਹ ਬਰਜਾਈ ਦੀਆਂ ਗੱਲਾਂ ਜ਼ਰੂਰ ਯਾਦ ਹਮ ਸੇ ਤਾਂ ਨਿਕਲ ਆਈ ਕਿ ਹੁੰਦੀ ਏ ਕਲੇ ਆਈ ਰੁਕ ਜਾ ਸੀ ਇੰਜ ਕਰਨਾ ਕਿ ਕਬਾ ਜ਼ਾਲਾ ਸ਼ਰਬਤ ਜਿਹੜਾ ਆ ਉਹ ਵੀ ਮੈਂ ਲੈ ਆਵਣਾ ਡਾਕਟਰ ਸਾਹਿਬ ਮਹੀਨੇ ਕੋਈ ਉਠਾ ਕੇ ਬਾਹੋ ਨਾ ਕਿਵੇਂ ਆਏ ਆਏ ਟੀਕਾ ਲੱਗੇ ਨਾ ਤੇ ਇਹਨਾਂ ਟੀਕਿਆਂ ਨਾਲ ਨਾ ਆਰਾਮ ਕੋਈ ਨਹੀਂ ਹੁੰਦਾ ਪਿਆ ਪਤਾ ਨਹੀਂ ਕੀ ਮੇਰੀ ਗੱਲ ਸੁਣ ਕਬਾ ਜ਼ਾਲਾ ਸ਼ਰਬਤ ਜਿਹੜਾ 300 ਦੋ ਆਉਣਾ 1500 ਦੀ ਬੋਤਲ ਆਉਣੀ 15 ਤੇ 300 1800 ਰੁਪਈਆ ਦੇ ਮੈਂ ਜੇ ਸਲੇ ਉਸਾ ਨਾ ਮੈਂ ਹੱਥ ਕੇ ਤੇਰੀ ਦਵਾਈ ਨੱਪੀ ਉਸਾ ਐ ਮੈਨੂੰ ਨਾ ਔਖ ਤੁਸੀਂ ਇਹ ਕੰਮ ਕਰੋ ਨਾ ਮੇਰਾ ਕਬੇਲੀ ਆਏ ਉਹਦੇ ਨਾਲ ਮੈਂ ਨਾ ਉਹ ਪਰਚੀ ਦੇ ਦੇਣਾ ਮੈਨੂੰ ਲਿਖ ਕੇ ਦੇਵੋ ਚਾ ਤੇ ਉਹ ਸਟੋਰ ਤੋਂ ਮੈਨੂੰ ਲੈ ਕੇ ਦੇ ਸੀ ਚਾ ਤੇ ਮੈਂ ਮੜੋ ਦੇਲ ਪੈਸੇ ਆਪੇ ਦੇ ਮੇਰੀ ਕਾਲਜ ਦੀ ਫੀਸ ਦਿੰਦੇ ਰਹੇ ਜੇ ਅਸਲ ਮੈਂ ਡਾਕਟਰੀ ਦਾ ਕੋਰਸ ਕਰਦਾ ਰਿਹਾ ਮੇਰੀ ਗੱਲ ਸੁਣ ਕੋਈ ਨੂੰ ਆ ਕੇ ਵੇਂਦਾ ਮੈਂ ਮੁੜ ਹਿਆ ਕਰ ਗਿਆ ਰਲ ਕੇ ਖੇਡੇ ਹੋਇਆ ਤੂੰ ਅਟਕੇ ਦਵਾਈਆਂ ਲਿਖ ਕੇ ਦੇ ਸਟੀ ਅਸੀਂ ਕੀ ਚੰਗਾ ਲਾ ਅੱਛਾ ਕਰੋ ਜੀ ਲੜੋ ਨਹੀਂ
ਤੁਸੀਂ ਦਵਾਈ ਲਈ ਆ ਤੇ ਬਹੁਤ ਅੱਛਾ ਤੂੰ ਮੈਨੂੰ ਬੇਈਮਾਨ ਸਮਝਦਾ ਪਿਓ ਬੇ 1800 ਦੀ ਨਹੀਂ ਆਵਣੀ ਉਹ 1600 ਦੀ ਆ ਗਈ ਡਾਕਟਰ ਸਾਹਿਬ ਨਹੀਂ ਹੋਰ ਸਭਾਇਆ ਤੈਨੂੰ ਸਮਝਦੇ ਪਏ ਅਸੀਂ ਤੁਹਾਡੇ ਪਿੱਛੇ ਵੱਜ ਕੇ ਆ ਜਾਵੇ ਤੁਸੀਂ ਸਾਨੂੰ ਬੇਈਮਾਨ ਸਮਝੋ ਹਾਏ ਹਾਏ ਤੁਸੀਂ ਇੰਜ ਕੰਮ ਕਰੋ ਦਵਾਈ ਲਈ ਆਓ ਠੀਕ ਹੈ ਤੇ ਜਾਵਣ ਲੱਗਿਆ ਪੈਸੇ ਲੈ ਜਿਵੇਂ ਚਾਰ ਦੇ ਕੱਢਣੇ ਵੀ ਆਨੀ ਨਾ ਸਮਾਣੇ ਦੇ ਕੰਮ ਤੈਨੂੰ ਲੈ ਜਾਣਾ ਹੁਣ ਮੁੜ ਕੁੱਕੜ ਪਿੱਛੇ ਗਈ ਹੋਈਆਂ ਹੈਂ ਤੇ ਕੀ ਕਰਾਂ ਕੁੱਕੜ ਪਿੱਛੇ ਗਈ ਹੋਈਆਂ ਐ ਯਾ ਜਿਹੜਾ ਕਸਾਈ ਗੋਸ਼ਤ ਦਾ ਫੱਟਾ ਲਾਇਆ ਹੋਇਆ ਜਿਹਦੇ ਕੋ ਰੋਜ਼ਾਨਾ ਕੀਮਾ ਸਾਡੇ ਗਰਮ ਦਾ ਪਿਆ ਏ ਕਦੀ ਕਲੇਜੀ ਆਉਂਦੀ ਪਈ ਏ ਸ਼ਾਬਾਸ਼ ਕਦੀ ਖਰਾਬੜੇ ਆਉਂਦੇ ਪਏ ਨਾ ਸਖਿਆ ਨਾਮਾ ਮੇਰਾ ਉਹ ਕਿਵੇਂ ਗੱਲ ਬਣੀ ਥੇਵਾ ਬੱਖੂ ਦਾ ਤੇ ਨਾਮਾ ਲੱਖੂ ਦਾ ਓਏ ਮਰੀਜ਼ ਮੈਂ ਆ ਬੀੜੀ ਤੂੰ ਜਾਨੀ ਸ਼ਾਬਾਸ਼ ਖਲੋ ਜਾ ਸ਼ਾਬਾਸ਼ ਓਏ ਨੂਰੋ ਖਲੋ ਜਾ ਓਏ ਮੈਂ ਅਗਲੇ ਜਾਣ ਕੀ ਜਾ ਮੂੰਹ ਵੀ ਖਾਈ ਸਾ ਕੌਲੀ ਭਰੀ ਹੋਰ ਤੋਰ 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 ਇਹਨਾਂ ਕੁੱਤਿਆਂ ਨੂੰ ਤਾਂ ਆਖ ਪਰਾਂ ਬੰਦੇ ਬਣ ਜਾਓ ਇਹ ਨਾ ਨੰਤ ਚੇਕੋ ਅੱਛਾ ਇਹ ਦੱਸੋ ਅਗਲੇ ਜਾਣ ਕੀ ਮੁਖੇ ਮੂੰਹ ਵੀ ਖਾਈ ਸਮਝ ਆ ਕੇ ਵੀ ਮੇਰੀ ਸਮਾਣੀ ਹੈ ਤੇ ਗੋਸ਼ਟ ਵਾਲੇ ਨਾਲ ਉਹਦੀ ਹੈਲੋ ਆ ਰਹੀ ਏ ਬਸ ਕਰ ਵੇ ਬਸ ਕਰ ਜਾ ਉਧਾਰ ਪਾੜਾ ਪੱਟ ਕੇ ਉਹਦੇ ਕੋਲੋਂ ਤੇ ਮੈਂ ਤੈਨੂੰ ਖਵਾਈਂਦੇ ਹੀ ਪਈਆਂ ਓਏ ਉਹਨੂੰ ਕੱਲ ਨੂੰ ਮੈਂ ਹਿਸਾਬ ਹੀ ਤਾਂ ਦੇਵਣਾ ਹੈ ਨਾ ਓਏ ਮੇਰਾ ਵਿਰਾਹ ਕਿਦੇ ਹੈ ਓਏ ਮੇਰਾ ਮਲੂਨ ਦਾ ਐਮਪੀ ਆ ਲੱਗੋਇਆ ਕਿਦੇ ਹਾਂ ਉਹ ਸ਼ਕਲ ਦਾ ਐਮਪੀ ਆ ਹੈ ਉਹ ਖਾਲੀ ਖੋਖ ਹੈ ਪ੍ਰੋਟ ਮੋਇਆ ਆ ਸੋਤ ਬਖਤਰ ਆਏ ਬਾਲਾ ਜਾਗ ਗਿਆ ਹੈ ਜਾਗ ਗਿਆ ਤੇਰੀ ਕੀ ਸਲਾਹ ਵੀ ਮੈਂ ਲਾਤੇ ਨਾ ਛਿੱਕ ਦਵਾਂ ਨਹੀਂ ਬਾਲਾ ਮੈਂ ਅੱਗੇ ਆਇਆ ਤੇ ਤੂੰ ਸੁੱਤੋ ਆ ਅੱਛਾ ਮੈਂ ਆ ਕੇ ਮੁੜ ਬਾਲਾ ਜੱਟ ਸਾਂ ਲੈ ਆਏ ਫਿਰ ਮੂੰਹ ਮੈਂ ਸੁੱਤਾ ਪਿਆ ਮੈਂ ਮੋਇਆ ਤਾਂ ਕੋਈ ਨਾ ਪਿਆ ਵੀ ਜਾਏ ਤੈਨੂੰ ਸਾਧ ਨਾ ਆ ਦੇਵਣਾ ਨਹੀਂ ਬਾਲਾ ਮੈਂ ਉੱਥੋਂ ਫਰੂਟ ਲੈਣ ਗਿਆ ਤੇ ਮੋੜ ਮੈਨੂੰ ਗੱਲ ਇੱਕ ਯਾਦ ਆ ਗਈ ਮੈਂ ਆ ਕੇ ਪੈਸੇ ਤਾਂ ਕਰੋ ਚਾਹੇ ਕੋਈ ਨੀ ਮੋੜ ਆਟੇ ਚਾਹ ਲਾ ਤੇ ਫਰੂਟ ਲਾਇਆ ਬਚ ਕੇ ਜਾ ਨਿਕਲ ਜਾ ਹਲਾ ਓਏ ਜਾ ਇੱਕ ਤਾਂ ਗਵਾਂਡੀਆਂ ਦਾ ਹੋਰ ਪਰ ਬਰਜਾਈ ਕਾ ਸ਼ੋਰ ਲੈਣੀ ਹੈ ਹੈ ਕਾ ਸ਼ੋਰ ਫਿਰ ਫਰੂਟ ਲੈ ਆਉਣਾ ਵਿਆਹ ਕੋਲ ਪੁੱਛ ਲਾ ਆ ਛੋਲਾ ਖਲਾਈ ਉਹਦੇ ਚ ਕੋਲ ਲਾ ਬਾਲਾ ਫਰੂਟ ਤੋਂ ਇਲਾਵਾ ਕਾ ਸ਼ਕਾਮੇ ਕਿ ਮੈਂ ਜਿਹੜੀ ਸ਼ਾਇਦ ਇਲ ਕਰੇ ਲਿਆ ਹਲਾ ਮੈਂ ਮੁੜ ਸੇਵੀਆਂ ਹੀ ਲਈ ਆਂ ਕੇਲੇ ਸੇਵੀਆਂ ਕਸਟਰਡ ਪਿੰਜੇ ਤਰ ਕਾ ਸ਼ੋਰ ਹੀ ਲਈ ਆਂ ਬਾਲਾ ਅੱਲਾ ਤੇਰੀ ਜ਼ਿੰਦਗੀ ਕਰੇ ਬਾਲਾ ਤੇਰੇ ਨਾਲ ਤਾਂ ਵਿਰਾਹ ਚੰਗਾ ਰਹਿ ਗਿਆ ਏ ਸ਼ਾਬਾਸ਼ ਸ਼ਾਬਾਸ਼ ਚੁੰਮ ਲਿਆ ਮੇਰਾ ਸ਼ਾਬਾਸ਼ ਸ਼ਾਬਾਸ਼ ਦੋਤੇ ਹੋਇਆ ਬਿਮਾਰ ਹੋਇਆ ਤੂੰ ਬਈ ਤੂੰ ਇੰਜੋਈ ਖਲੀ ਜਿਵੇਂ ਥਾਣੇ ਕੋਲ ਮੁਲਜ਼ਮ ਹੁੰਦਾ ਏ ਕੀ ਹੋਇਆ ਖਲੋਤਾ ਓਏ ਮੈਨੂੰ ਨਾ ਰਾਤੀ ਉਠਾਈਨੀ ਏ ਹਿਸਾਬ ਤੇ ਨਾ ਮੈਨੂੰ ਪੀਵੈਨੀ ਏ ਪਾਣੀ ਹਾਏ ਨੂਰੋ ਡਾਕਟਰ ਨੇ ਦੱਸ ਕੇ ਗਿਆ ਜ਼ਿਆਦਾ ਬਚਣ ਦਾ ਤੇਰਾ ਹਾਲ ਕੋਈ ਨਹੀਂ ਅੱਛਾ ਤੇ ਮੇਰਾ ਦਿਲ ਇਹ ਹੈ ਜਿਵੇਂ ਪਤਾ ਨਹੀਂ ਮਰਸਾਂ ਜਾਂ ਬਚਸਾਂ ਆਖਰ ਤੇਰੀ ਮੇਰੀ ਸ਼ਾਦੀ ਹੈ ਵੇ ਬਸ ਕਰ ਵੇ ਕੁਦਤੀਆਂ ਗੱਲਾਂ ਕੱਢਣ ਦਾ ਹੈਗੇ ਚੁੱਪ ਕਰ ਵਾ ਪੁੱਦਨਾ ਦੀ ਜਿਹੜੀ ਚਟਣੀ ਤੇਰੇ ਕੰਨ ਖਲੋ ਰਹੀ ਉਹ ਤੂੰ ਆਪਣੀ ਮਾਂ ਨੂੰ ਨਾ ਇਹ ਪੁੱਦਨੇ ਦੀ ਚਟਣੀ ਦਾ ਰੋਟੀ ਦੇਵਣੀ ਦੋ ਤਰ੍ਹਾਂ ਟੈ ਮਿਹਦਾ ਉਹਦਾ ਸੈੱਟ ਹੋ ਜਾਸੀ ਇਹ ਕਿਸੇ ਜਿਹੜੇ ਡਾਕਟਰ 2000 ਫੀਸ ਲੈਂਦਾ ਹੈ ਨਾ ਉਸ ਵੀ ਇਤਨੇ ਹੀ ਪੈਸੇ ਲੈਣੇ ਨੇ ਮੇਰੇ ਉੱਤੇ ਡਵੇ ਨਾ ਕਿਤਨੇ ਤੇਰੇ ਮਾਂ ਦੇ ਮਗਰ ਹੋਣਾ ਸਹਾਰਾ ਦਿਖਾ ਦਿਖਾ ਦੀ
ਉਲਟੀ ਕਰ ਸਕਦੀ ਆ ਪਾਸੇ ਪੀੜ ਹੁੰਦੀ ਆ ਖਟੀਟੀ ਖਾਗ ਲੱਗੀ ਹੋਈ ਆ ਇੱਕਦਮ ਕਹਿਰੇ ਦੀ ਨਹੀਂ ਫਰੋਕ ਤਾਂ ਹੈ ਨਾ ਕੋਈ ਨਹੀਂ ਉਹ ਜਦੋਂ ਦੀ ਦਵਾਈਆਂ ਦਵੀਆਂ ਤੇ ਬਸ ਦੋ ਅੱਧਾ ਘੰਟਾ ਆਰਾਮ ਆ ਜਾਸੀ ਆ ਦੋ ਘੰਟੇ ਉਹ ਮੇਰੀ ਕਾਲ ਤੂੰ ਮੇਰੇ ਨਾਲ ਹਾਂ ਚੱਕਰ ਆ ਨਾ ਤੇਰੀ ਮਾਂ ਦੀ ਦਵਾਈ ਮੇਰੇ ਜ਼ਿੰਮੇ ਹੋ ਜਾ ਮੇਰੇ ਸਹੁਰੇ ਆ ਗਏ ਹਨ ਸਾਡੀ ਸੁਲਾ ਹੋ ਗਈ ਹੈ ਜੁਮੇ ਵਾਲੇ ਦਿਨ ਮੈਂ ਘਰ ਵਾਪਸ ਜਾਵਾਂ ਤੇ ਮੋੜ ਆਵਣਾ ਕੋਈ ਨਹੀਂ ਨਹੀਂ ਮੋੜ ਮੈਂ ਕਿਉਂ ਆਵਣਾ ਮੈਂ ਆਪਣੇ ਸਾਈਂ ਨਾਲ ਖੁਸ਼ ਤੇ ਫੋਨ ਮੈਂ ਤੈਨੂੰ ਕਿਸ ਤੋਂ ਕਰਾਂ ਤੇਰੀ ਮਿਹਰਬਾਨੀ ਜਿਹੜਾ ਤੂੰ ਮੇਰੀ ਮਾਂ ਦਾ ਇਲਾਜ ਕੀਤਾ ਤੈਨੂੰ ਮੈਂ ਪੈਸੇ 800 ਰੁਪਈਆ ਦੇ ਛੋੜਸਾ 800 ਨਾ ਦੇ ਦੁਆ ਸਲਾਮ ਮੈਂ 800 ਰੁਪਈਆ ਠੀਕ ਹੈ ਉਹ ਦਵਾਈ ਜਿਹੜੀ ਹੈ ਨਾ ਅੰਮਾ ਨੂੰ ਦਵਾਈ ਦੀ ਏਡੀ ਲੋੜ ਨਹੀਂ ਇਤਿਆਤ ਹੀ ਦੇ ਲੋੜ ਮੈਂ ਪਤਾ ਹੁੰਦਾ ਵਾ ਤੇਰੀ ਦਵਾਈ ਦੀ ਕੋਈ ਕਾਨੂੰਨ ਥੋੜੀ ਹੈ ਤੇ ਆਪ ਦੀ ਜ਼ਰੂਰਤ ਹੈ ਤਬੀਅਤ ਮੈਂ ਤੇਰੇ ਬਿਨਾਂ ਲੋੜ ਹੋ ਕੇ ਹੁੰਦਾ ਤੇ ਅੱਲਾ ਦੇ ਸੋਖ ਕਈ ਸੁਜਦਾਨ ਦੀ ਬੋਤਲ ਲਾਈਏ ਨਾ ਉਧਾਰ ਕਰ ਲੈ ਅੱਲਾ ਉਹਦੇ ਵੀ ਉਧਾਰ ਕਰ ਲੈ ਮੇਰੀ ਹੋਈ ਲਿਪ ਦੀ ਕੋਈ ਨਾ ਆ ਗਈ ਉਹ ਬਿਰਾ ਹੈ ਤੇ ਰਲ ਕੇ ਖੇਡ ਠੀਕ ਹੈ ਛੋਰੇ ਜਾ ਤੂੰ ਛੋਰੇ ਆ ਦੀ ਬੈਣ ਜੋ ਹੋਈ ਉਸ ਮੋੜ ਦੀ ਬੈਣ ਹੈ ਤੇਰੀ ਬਸ ਕੌਣ ਹੈ ਇਹ ਆ ਚੂਹੇ ਮੇਰੇ ਮਰੀਜ਼ ਹੈ ਸਾਰੇ ਮਰੀਜ਼ਾਂ ਨਾਲ ਐਵੇਂ ਉਧਾਰ ਕਰਕੇ ਤੇ ਮੋੜ ਓ ਯਾਰ ਕੋਈ ਨਹੀਂ ਮੋੜ ਹੋ ਜਾਣੇ ਖੈਰੇ ਮੁੱਠਿਆਂ ਦੇ ਵਿੱਚ ਉਧਾਰ ਸੁਧਾਰ ਹੁੰਦੇ ਰਹਿੰਦੇ ਮੈਂ ਕਦੀ ਇਹ ਨਚੀ ਜਨ ਤੇ ਨਹੀਂ ਗੌਰ ਕੀਤਾ ਚੰਗਾ ਭਾਈ ਠੀਕ ਹੈ ਠੀਕ ਹੈ ਜਾਓ ਤੇਰੇ ਨਾਲ ਇੱਕ ਗੱਲ ਵੀ ਅਲੱਗ ਹੋ ਕੇ ਕਰਨੀ ਇਹਦੇ ਨਾਲ ਇਹਦੇ ਪਿਰਾ ਨੂੰ ਨਾ ਇਹਦੇ ਨਾਲ ਗੱਲਾਂ ਕਰਨ ਵਾਲਾ ਮੈਂ ਜਿੰਦਾ ਜਿਗਰ ਦਾ ਸੇਕ ਲੱਗੋ ਆ ਸੋ ਇਹਨੂੰ ਦੱਸਣਾ ਥੋੜੀ ਜਿਹੀ ਰੋਟੀ ਪਾਣੀ ਦੀ ਮੈਂ ਉਹਨੂੰ ਦੱਸੇ ਸਾਂ ਵੀ ਜਿਹੜਾ ਤੈਨੂੰ ਸੇਕ ਹੁਣ ਲੱਗੂ ਹੈ ਨਾ ਉਸ ਤੂੰ ਬਾਜ ਜਾ ਬਾਕੀ ਖੈਰ ਸੱਲਾ ਸੋ ਮੈਂ ਤਾਂ ਉਹਦਾ ਇਤਨਾ ਯਾ ਕੀਤਾ 800 ਰੁਪਏ ਰੰਦਾ ਤੇ ਮੈਂ ਖਕਾਲ ਚ ਦੇਵੀ ਤੂੰ ਹਮੇਸ਼ਾ 800 ਦਾ ਹੀ ਉਧਾਰ ਕਰੇਂਦਾ ਅਗਾ 1800 ਰੁਪਏ ਲੱਗਣਾ 1000 ਉਸ ਮੈਂ ਦਿੱਤਾ ਉਹ ਸਕ 800 ਮੋੜ ਲੈ ਜਾਵੀਂ ਇਹ ਨਾਲ ਵੀ 1800 ਦੀ ਬੋਤਲ ਲਾਈਏ ਇਹਨਾਂ 1000 ਦਿੱਤਾ 800 ਨਾ ਮੋੜ ਮੈਂ ਕਿ ਕੋਈ ਗੱਲ ਨਹੀਂ ਸਮਝ ਆਉਂਦੀ ਪਈ ਉਹ ਮੈਂ ਆਪਣੀ ਜੇਬ ਚ ਉਹਨਾਂ ਦਾ ਇਲਾਜ ਕਰਦਾ ਹਾਂ ਅੱਲਾ ਰਾਜ਼ੀ ਹੁੰਦਾ ਹੈ ਠੀਕ ਹੈ ਠੀਕ ਹੈ ਠੀਕ ਹੈ ਜਾ ਲੈਂਦੀ ਪਈ ਹਾਂ ਹਾਲਾਤ ਇਹ ਭਾਵੇਂ ਜਨਾਬ ਉਦੇ ਹੀ ਉਹ ਖਾਤਾ ਚੱਲਦਾ ਪਿਆ ਹੋਵੇ ਹਾਂ ਸਾਲੇ ਹੋਰਾਂ ਦੀ ਸਮਾਨੀ ਡੋਰੂ ਹੈਗਾ ਪਾ ਜਾਸੀ ਡਾਕਟਰ ਸਾਹਿਬ ਹੋਰਾਂ ਦਾ ਉਹ ਤਾਂ ਜਿੰਦੇ ਜੀ ਉਂਝ ਮਰ ਜਾਸੀ ਗਿਆ ਹੋਰਾਂ ਬਾਜਿਆ ਤੱਲੂ ਫੇਲਾ ਤਾਂ ਠੀਕ ਕੋਈ ਨੀ ਹੁੰਦਾ ਪਿਆ ਪਿੱਛਾ ਵੇਖ ਲੋ ਇੰਜ ਹੈ ਭਈਆ ਬਾਬੀ ਸੁਭਾ ਮੇਰਾ ਉਤਲਾ 200 ਵਿਸ਼ਾਕ ਦੀ ਨਾ ਦੇ ਦੁਆ ਸਲਾਮ ਰੱਖ ਲਵੇਂ ਨਾ ਕੱਲ ਨੂੰ ਤਬੀਅਤ ਮੈਂ ਦੋਆਂ ਕੋਲ 800 ਲੈਂਦਾ ਨਾ ਤੁਹਾਡੇ ਕੋਲ ਮੈਂ 500 ਲੈਣਾ 300 ਰੁਪਏ ਤੇਰੇ ਸਿਰ ਤੋਂ ਬਾਹਰ ਸੱਟ ਸੀ ਜ਼ਿੰਦਗੀ ਚ ਨਾ ਮੈਂ ਪਹਿਲਾ ਡਾਕਟਰ ਵੇਖਿਆ ਜਿਹੜਾ ਪੈਸੇ ਛੋੜ ਕੇ ਆਂਦਾ ਪਿਆ ਮੇਰੇ ਨਾਲ ਥੋੜੀ ਦੁਆ ਸਲਾਮ ਰੱਖ ਲਵੇਂ ਕੋਈ ਮਸਲਾ ਨਹੀਂ ਬੇ ਮਿਹਰਬਾਨੀ ਕਰ ਵੇ ਮਿਹਰਬਾਨੀ ਕਰ ਅਲਹਮਦੁਲਿਲਾ ਮੇਰਾ 18 ਦਾ ਬਹੁਤ ਸੋਹਣਾ ਸੁਣੇ ਕੀ ਦੇ ਤੇ ਬਿਮਾਰ ਹੈ ਤਾਂ ਬਾਤ ਕੀ ਹੋ ਗਈ ਬਿਮਾਰ ਹੋ ਜਾਏ ਤੁਹਾਨੂੰ ਸੱਟ ਛੋੜਾ ਓ ਤੇ ਥੀ ਆਲੀਆਂ ਦਸਤੀਆਂ ਨੇ ਤੂੰ ਤੇੜ ਕੇ ਇਹਦੇ ਨਾਲ ਮੈਂ ਤੇਰੀ ਟੂਪ ਵਿਚ ਇੰਜ ਹਵਾ ਬਰੇਸਾਂ ਵੀ ਉਹ ਫਟਾਕਾ ਮਾਰ ਜਾਸੀ ਤੇ ਪਿੱਛੇ ਰਹਿ ਗਈ ਗੱਲ ਕਿਤਨੇ ਪੈਸੇ ਨੇ ਤੇਰੇ ਮੇਰੇ 2200 ਰੁਪਈਆ 2200 ਰੁਪਈਆ ਸ਼ਰਮ ਕੋਈ ਨੂੰ ਹੁੰਦਾ ਪਿਆ ਸ਼ਰਮ ਕਿਹੜੀ ਸ਼ਾਇਦ ਮੇਰੇ ਨਾਲ ਗੱਲ ਕਰਕੇ ਮੂੰਹ ਕਰ
ਮੈਂ ਤੈਨੂੰ ਠੋਕਣਾ ਪੰਪ ਤੇ ਮੈਂ ਤੇਰੀ ਇੱਥੇ ਮੁੰਝ ਕੁੱਟ ਛੱਡਣੀ। ਤੂੰ ਇਹ ਪੰਪ ਨਾ ਮਾਰ ਜਿਹੜੇ ਤੂੰ ਮਰਦਾ ਪਿਆ ਪੰਪ ਮੈਂ ਪੈਸੇ ਲੈ ਕੇ ਉਹ ਸੰਜੋਰ ਕੇ ਸੱਦੇ ਤੁਹਾਨੂੰ ਦਵਾਈਆਂ ਲੈ ਕੇ ਹੁਣ ਤੁਸੀਂ ਮੁੱਕਦੇ ਪਏ ਹੋ। ਤੇਰਾ ਸਾਰਾ ਜਿਹੜਾ ਹਾ ਨਾ ਦੂਆ ਚਿਹਰਾ ਉਹ ਸਾਨੂੰ ਦਿਸ ਗਿਆ। ਕਿਹੜਾ ਚਿਹਰਾ ਤੂੰ ਵੇਖ ਲੈ ਮੇਰਾ ਬਿੱਲ ਦੇ ਕੇ ਗਿਆ ਹੈ ਨਾ ਵੀ ਇਹ ਸਟੋਰ ਦਾ ਬਿੱਲ 2233 ਰੁਪਏ ਉਹ ਦਵਾਈਆਂ ਮੈਂ ਨਾਲ ਵਾਲੇ ਸਟੋਰ ਤੋਂ ਪੁੱਛਾਈਆਂ ਨੇ 1100 ਤੇ 50 ਦੀਆਂ ਸਖਿਆ ਦਵਾਈਆਂ ਦੋ ਨੰਬਰ ਹੋਣੀਆਂ ਖਲਵੇਂ ਨਾ ਤੂੰ ਇੱਕ ਨੰਬਰ ਇੱਕ ਟੀਕੇ ਸਾਡੀਆਂ ਨਾੜੀ ਚ ਠੋਕੇ ਤੇ ਉਦੋਂ 1000 ਦਾ ਟੀਕਾ ਸਾਨੂੰ ਉਦੋਂ ਠੋਕੇ ਜਾਂਦਾ ਹੈ।